ਬੁੱਟਾ ਦੇਵਰਾਜ ਜੀ ਕਿਹੜਾ ਪਿੰਡ ਸੰਧਵਾਲ ਜੀ ਇੱਥੇ ਕੀ ਕੰਮ ਕਰਦੇ ਤੁਸੀਂ ਇੱਥੇ ਕੋਲੇ ਦਾ ਕੰਮ ਕਰੀਦਾ ਜੀ ਅੱਛਾ ਇਹ ਜਿਹੜਾ ਪਾਣੀ ਦਾ ਬਹਾ ਜਿਹੜਾ ਆਇਆ ਇੱਥੇ ਕਿ ਕਿੰਨਾ ਨੁਕਸਾਨ ਹੋਇਆ ਤੁਹਾਡਾ ਮੈਂ ਕਿਹਾ ਚਲੋ ਇਹ ਸਾਰਾ ਹੀ ਕਾਫੀ ਜਿਹਾ ਨੁਕਸਾਨ ਹੋ ਗਿਆ ਜੀ ਇਹਦਾ ਕੀ ਤੁਹਾਡੇ ਕੀ ਘਰਾਂ 'ਚ ਪਾਣੀ ਘੁਸਿਆ ਹੈ ਹਾਂਜੀ ਕੀ ਕੀ ਸਮਾਨ ਸੀ ਅੰਦਰ ਸਮਾਨ ਜੀ ਰਾਸ਼ਨ ਪਾਣੀ ਸਾਰਾ ਅੰਦਰ ਹੀ ਹੈ ਜੀ ਪੈਸਾ ਧੇਲਾ ਵੀ ਜਿਹੜਾ ਹੁੰਦਾ ਮਾੜਾ ਮੋਟਾ ਉਹ ਵੀ ਅੰਦਰ ਹੀ ਹੈ ਤੇ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਕੋਲੋਂ ਸਰਕਾਰ ਕੋ ਮੰਗ ਇਹੀ ਕਰਾਂਗੇ ਸਾਡਾ ਜੇ ਜਿੰਨਾ ਨੁਕਸਾਨ ਹੋਇਆ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਠੀਕ ਹੈ ਸਰ ਕੀ ਨਾਮ ਆਪਣਾ ਸਰ ਮੈਂ ਸਰਪੰਚ ਪਿੰਡ ਰੈਲੀ ਗੁਰਨਾਮ ਸਿੰਘ ਸਰ ਜਿਹੜੀ ਇਹ ਨਹਿਰ ਟੁੱਟਣ ਕਰਕੇ ਤੁਹਾਡੇ ਪਿੰਡ ਜਿਹੜੀ ਕਿ ਫਸਲ ਕਿੰਨੀ ਕੁ ਜਿਹੜੀ ਖਰਾਬ ਹੋਈ ਹੈ ਕਿੰਨਾ ਕੁ ਨੁਕਸਾਨ ਹੋਇਆ ਸਰ ਸਾਡੇ ਪਿੰਡ ਦੀ ਕੋਈ 10 ਕੁ ਸਰੀਕਾਂ ਦੀ 10 ਕੁ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ ਪੱਠੇ ਦੇ ਨਾਲ ਪੈਂਦੇ ਲੈਂਦੇ ਪਾਸੇ ਨੂੰ ਕੋਈ 10 ਕੁ ਰੈਲੀ ਦੇ ਕਿਸਾਨ ਨੇ ਜਿਨ੍ਹਾਂ ਦੀ ਫਸਲ ਖਰਾਬ ਹੋਈ ਲਗਭਗ ਕਿੰਨੇ ਕੁ ਏਕੜ ਜ਼ਮੀਨ ਜਿਹੜੀ ਖਰਾਬ ਖਰਾਬ ਲਗਭਗ ਕੋਈ ਕਹਿ ਨਹੀਂ ਸਕਦੇ ਤਾਂ 30-40 ਕਿੱਲੇ ਸਾਡੇ ਪਿੰਡ ਦੀ ਜਿਹੜੀ ਰੈਲੀ ਦਾ ਰਕਬਾ ਉਹ ਵੀ ਖਰਾਬ ਹੋਇਆ ਓਕੇ ਕੀ ਲੱਗਦਾ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਜਿਹੜੀ ਕਮੀ ਹੈ ਇੱਥੇ ਵੀ ਮਹਿਕਮੇ ਦੀ ਕਮੀ ਹੈ ਜਿਹੜੀ ਨਹਿਰ ਦੀ ਰਿਪੇਅਰ ਨਹੀਂ ਹੋ ਰਹੀ ਟਾਈਮ ਟਾਈਮ ਦੇਖੋ ਜੀ ਇਹ ਬਹੁਤ ਵੱਡੀ ਪ੍ਰਸ਼ਾਸਨ ਦੀ ਨੈਕਲੈਸੀ ਕਹਿ ਲਓ ਜਾਂ ਕਮੀ ਕਹਿ ਲਓ ਅਸੀਂ SDO ਸਾਹਿਬ ਨਾਲ ਵੀ ਗੱਲ ਕੀਤੀ ਹੈ ਪਰ ਅਸੀਂ ਬਹੁਤ ਵਾਰੀ ਨਹਿਰ ਵਿਜ਼ਿਟ ਕੀਤੀ ਹੈ ਸਾਨੂੰ ਕੋਈ ਮੁਲਾਜ਼ਮ ਨਹਿਰ 'ਤੇ ਨਹੀਂ ਮਿਲਦਾ ਕੋਈ ਇਹਨੂੰ ਸਫਾਈ ਨਹਿਰ ਇਹ ਤਾਂ ਟੁੱਟੀ ਹੈ ਅੱਗੇ ਸਾਰੀ ਪੂਰੀ ਦੀ ਪੂਰੀ ਨਹਿਰ ਹੀ ਡੈਮੇਜ ਹੈ ਹੁਣ ਤੁਹਾਡੀ ਕੀ ਮੰਗ ਅੱਗੇ ਅਸੀਂ ਪ੍ਰਸ਼ਾਸਨ ਕੋਲੋਂ ਅਤੇ ਪੰਜਾਬ ਸਰਕਾਰ ਕੋਲੋਂ ਇਹ ਮੰਗ ਕਰਦੇ ਹਾਂ ਇਹ ਜਿਹੜੀ ਫੀਡਰ 1 ਪਾਵਰ ਹਾਊਸ ਨੰਬਰ 3 ਤੋਂ ਨਿਕਲਦੀ ਹੈ ਇਹ ਤਾਂ ਪੂਰੀ ਪੂਰੀ ਡੈਮੇਜ ਹੈ ਇਹਨੂੰ ਪੂਰੀ ਨੂੰ ਦੁਬਾਰਾ ਰਿਪੇਅਰ ਸਾਰੀ ਜੀ ਟੋਟਲ ਸਾਰੀ ਰਿਪੇਅਰ ਕੀਤੀ ਜਾਵੇ ਕਿਉਂਕਿ ਲੈਂਦੇ ਪਾਸੇ ਤੋਂ 70 ਫੁੱਟ ਦੀ ਹਾਈਟ ਹੈ ਇਹ 50 ਫੁੱਟ ਉੱਪਰ ਨਹਿਰ ਹੈ ਇਹ ਜਿੱਥੋਂ ਹੁਣ ਟੁੱਟੀ ਹੈ ਇਹਦੇ ਨਾਲ ਲੱਗਦੀ ਫਿਰ ਸਾਰੀ ਦੀ ਸਾਰੀ ਨਹਿਰ ਡੈਮੇਜ ਹੈ ਠੀਕ ਅਸੀਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਇਹਨਾਂ 'ਤੇ ਜ਼ਰੂਰ ਧਿਆਨ 'ਚ ਲਿਆਂਦਾ ਜਾਵੇ ਜਦੋਂ ਟੁੱਟਣ ਉਦੋਂ ਹੀ ਨਾ ਲਿਆਂਦਾ ਜਾਵੇ ਮੌਕੇ ਤੋਂ ਪਹਿਲਾਂ ਹੋਰ ਕਰਕੇ ਕਿਸਾਨਾਂ ਦਾ ਨੁਕਸਾਨ ਹੋਵੇ ਇਹਨੂੰ ਪੂਰੀ ਤਰ੍ਹਾਂ ਇਹਦੇ 'ਤੇ ਜਿਹੜੀ ਹੈ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਹਾਂ ਕਿ ਜਿਹੜੀ ਹੈ ਭਰਵਾਈ ਕੀਤੀ ਠੀਕ ਸਰ ਇਹ ਜਿਹੜੀ ਨਹਿਰ ਟੁੱਟੀ ਹੈ ਕੀ ਕਾਰਨ ਬਣਿਆ ਹੈ ਨਹਿਰ ਚੱਲ ਰਿਹਾ ਸੀ ਪਾਣੀ ਸਿੰਚਾਈ ਵਾਸਤੇ ਅਤੇ ਨੌਰ ਪੈਣ ਕਾਰਨ ਖੁੱਡਾਂ ਕਾਰਨ ਕਿਸਾਨਾਂ ਨੂੰ ਨੌਰ ਪੈਣ ਕਾਰਨ ਸਰ ਜਿਹੜੀ ਕਿਸਾਨਾਂ ਦੀ ਜਿਹੜੀ ਫਸਲ ਹੈਗੀ ਆ ਬਰਬਾਦ ਹੋਈ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਕਿਸਾਨਾਂ ਦਾ ਤਾਂ ਨੁਕਸਾਨ ਨਹੀਂ ਹੋਇਆ ਕਿਉਂਕਿ ਪੈਡੀ ਦੀ ਫਸਲ ਲੱਗੀ ਹੈ ਅਤੇ ਪੈਡੀ ਨੂੰ ਪਾਣੀ ਦੀ ਲੋੜ ਹੁੰਦੀ ਹੈ ਪਾਣੀ ਕੰਟਰੋਲ ਹੋ ਗਿਆ ਨਿਤਰ ਗਿਆ ਪਾਣੀ ਬਹੁਤ ਵੱਡਾ ਬਚਾ ਹੀ ਹੈ ਮਹਿਕਮੇ ਵੱਲੋਂ ਇਹਦੇ ਬਾਰੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਮਹਿਕਮਾ ਨੂੰ ਫੌਰੀ ਤੌਰ 'ਤੇ ਪਾਣੀ ਪਲੱਗ ਕਰਕੇ ਕਿਸਾਨਾਂ ਨੂੰ ਪਾਣੀ ਦੀ ਲੋੜ ਹੈ ਅਤੇ ਛੇਤੀ ਤੋਂ ਛੇਤੀ ਨਹਿਰ ਨੂੰ ਪਲੱਗ ਕਰਕੇ ਪਾਣੀ ਦੀ ਬਹਾਲੀ ਕਰੀਏ ਤਾਂ ਕਿਸਾਨਾਂ ਨੂੰ ਪਾਣੀ ਮਿਲ ਸਕੇ ਸਰ ਕੀ ਨਾਮ ਆਪਣਾ ਮੇਰਾ ਨਾਮ ਜੀ ਸਿਕੰਦਰ ਸਿੰਘ SSPN ਭਲਵਾਲ ਹਾਂਜੀ ਸਰ ਇਹ ਜਿਹੜੀ ਨਹਿਰ ਟੁੱਟੀ ਹੈ ਇਹ ਤਕਰੀਬਨ ਇੱਥੇ ਤੁਹਾਡੀ ਕਿੰਨੀ ਪੈਲੀ ਹੈ ਪਿੰਡ ਦੀ ਇੱਥੇ ਮੇਰੀ ਤਕਰੀਬਨ ਸਾਡੀ ਪੈਂਦੀ 5.5 ਏਕੜ ਜ਼ਮੀਨ ਬਾਕੀ ਮੇਰੇ ਹੋਰ ਫਰੀਕਾਂ ਦੀ ਹੈ ਬਾਕੀ ਹੋਰ ਸਾਡੇ ਪਿੰਡ ਦੀ ਹੈ ਜੀ ਤਰਸੇਮ ਸਿੰਘ ਖੇਮ ਸਿੰਘ ਬਲਵੀਰ ਸਿੰਘ ਪਰਮਿੰਦਰ ਸਿੰਘ ਜੋਗਿੰਦਰ ਸਿੰਘ ਵਗੈਰਾ ਇਹਨਾਂ ਦੀ ਹੈ ਆਪਣੇ ਅਮਰਜੀਤ ਆਪਣੇ ਪ੍ਰਦੀਪ ਕੌਰ ਸਿੰਘ ਵਗੈਰਾ ਬਾਕੀ ਦਿਆਰਾਮ ਵਗੈਰਾ ਲਗਭਗ ਕਿੰਨੇ ਕੁ ਜਿਹੜੀ ਏਕੜ ਹੈ 20 ਫਰੀਕ ਵੱਜ ਜਾਂਦੀ ਜੀ ਓਕੇ ਤੇ ਲਗਭਗ ਕਿੰਨੀ ਕੁ ਜਿਹੜੀ ਫਸਲ ਜਿਹੜੀ ਹੈ ਪੂਰੀ ਜਿਹੜੀ ਨਾਸ਼ ਹੋ ਚੁੱਕੀ ਕਿੰਨੀ ਕੁ ਹੈਗੀ ਇਹ ਸਰ ਕਦੀ ਗੱਲ ਹੈ ਜਿਹੜੇ ਤਾਂ 5-7 ਏਕੜ ਆ ਜ਼ਮੀਨ ਦੇ ਲਾਗੇ ਲਾਗੇ ਜਿੱਥੋਂ ਨਹਿਰ ਘਾਲਾ ਪਿਆ ਉੱਥੇ ਤੋਂ ਪੱਥਰ ਦੇ ਨਾਲ 5-7 ਏਕੜ ਜਿੰਨੀ ਗਈ ਆ ਪੱਥਰ ਦੇ ਨਾਲ ਮਲ ਦੇ ਨਾਲ ਦੱਬਿਆ ਗਿਆ ਅਤੇ ਉਹ ਵੈਸੇ ਸਾਡੇ ਜਿੱਦਾਂ ਖੂਹ ਲੱਗੇ ਹੋਏ ਮੋਟਰਾਂ ਉਹਨਾਂ 'ਚ ਵੀ ਪਾਣੀ ਖੂਹਾਂ 'ਚ ਭਰਿਆ ਗਿਆ ਮੋਟਰਾਂ ਵਗੈਰਾ ਖਰਾਬ ਹੋਈਆਂ ਨੇ ਅਤੇ ਦੂਜਾ ਅਗਲੇ ਪਾਸੇ ਸਾਡੇ ਗੰਨੇ ਦੀ ਫਸਲ ਲੱਗੀ ਜਿੱਦਾਂ ਗੰਨੇ ਤਾਂ ਚਲੋ ਅਸੀਂ ਨਹੀਂ ਕਹਿੰਦੇ ਵੀ ਅਜੇ ਤੱਕ ਸਾਨੂੰ ਕੋਈ ਪਤਾ ਨਹੀਂ ਝੋਨੇ ਦੀ ਫਸਲ ਜਿਹੜੀ ਆ ਉਹ ਦੱਬੀ ਗਈ ਆਪਣੇ ਨਾਲ ਉਹ ਬਰਬਾਦ ਆ ਗਈ ਉਹ ਸਾਡੇ ਪਿੰਡ ਦੀ ਭਲਵਾਲ ਦੀ ਰੈਲੀ ਦੀ ਅਤੇ ਦਗਨ ਦੀ ਇਹ ਫਸਲਾਂ ਦੱਬਿਆ ਨਾਲ ਉਹਦੇ ਨਾਲ ਭੱਠਾ ਆ ਸਾਡੇ ਇੱਟਾਂ ਵਾਲਾ ਉਹਦਾ ਵੀ ਨੁਕਸਾਨ ਕਾਫੀ ਹੋਇਆ ਨਾਲ ਅਤੇ ਸਾਡੇ ਜਿਹੜੇ ਜਿੰਨੇ ਕੁ ਜ਼ਿਮੀਦਾਰ ਜਿਹੜਾ ਦੱਸਿਆ ਇਹਨਾਂ ਦਾ ਨੁਕਸਾਨ ਤਕਰੀਬਨ ਹੋ ਗਿਆ ਮੈਂ ਕੋਈ ਲਗਭਗ ਸਮਝਦਾ ਤਾ ਜੀ 12 ਵਜੇ ਦੇ ਨਾਲ ਮੈਨੂੰ ਪਤਾ ਲੱਗਾ ਮੈਂ ਰੋਟੀ ਖਾ ਲਗਾ ਮੈਂ ਤਾਂ ਮੇਰੇ ਮਿਸਿਸ ਸਰਪੰਚ ਹੈ ਮੈਂ SSPN ਜੀ ਆਈ ਵੈਲ ਉੱਥੇ ਨਹਿਰ ਦੇ ਗਏ ਜਿੱਥੋਂ ਪਾਣੀ ਬੰਦ ਕਰਦੇ ਫੀਡਰ ਨੰਬਰ 1 'ਤੇ ਉੱਥੇ ਆਪਾਂ ਫੋਨ ਸਾਰੇ ਮੁਲਾਜ਼ਮਾਂ ਨੇ ਕੀਤਾ ਫਿਰ GOG ਨੂੰ ਕੀਤਾ ਉਹਨਾਂ ਨੇ ਅੱਗੇ ਕੀਤਾ SSR ਨੂੰ ਕੀਤਾ ਉਹਨਾਂ ਨੇ ਵੀ ਹੈਲਪ ਕੀਤੀ GOG ਨੇ ਵੀ ਕੀਤਾ ਬਾਕੀ ਦਿਆਂ ਨੇ ਜਿਹਨਾਂ ਨੂੰ ਵੀ ਕੀਤਾ ਫਿਰ ਉਹਦੇ ਬਾਅਦ ਮੈਂ ਐਡੀਓ ਸਾਹਿਬ ਨਾਲ ਫੋਨ ਕੀਤਾ ਮੈਂ ਕਿਹਾ ਐਡੀਓ ਸਾਹਿਬ ਸਾਡਾ ਤਾਂ ਹੁਣ ਨਹਿਰ ਟੁੱਟ ਗਈ ਹੈ ਉਹ ਵੀ ਵੈਸੇ ਆ ਗਏ ਘੰਟੇ ਕੁ ਦੇ ਵਿੱਚ ਫਿਰ ਉਹਨਾਂ ਨਾਲ ਗੱਲਬਾਤ ਹੋਈ ਮੈਂ ਕਿਹਾ ਜੀ ਜੇ ਉੱਦਾਂ ਅਸੀਂ ਪੰਪ ਲਾ ਦਈਏ ਕਿਤੇ ਤਾਂ ਤੁਸੀਂ ਪੰਪ ਵੀ ਸਾਡਾ ਚੱਕ ਕੇ ਲੈ ਜਾਂਦੇ ਹਾਂ ਅਤੇ ਟੈਬ ਵੀ ਚੱਕ ਕੇ ਲੈ ਜਾਂਦੇ ਅਤੇ ਹੁਣ ਦੇਖੋ ਹਾਲੇ ਪਾਣੀ
ਟੰਡਾਂ ਦੇ ਹਿਸਾਬ ਦੇ ਨਾਲ ਪਾਣੀ ਚੱਲ ਗਿਆ ਹੁਣ ਤੁਸੀਂ ਦੱਸੋ ਵੀ ਕੀ ਕਰੋਗੇ ਸਾਨੂੰ ਕੀ ਦੋ ਕਹਿੰਦੇ ਨਹੀਂ ਅਸੀਂ ਕਰਾਂਗੇ ਜਿੱਥੇ ਘਰ ਹੈਲਪ ਹੋਏਗੀ ਪ੍ਰਸ਼ਾਸਨ ਨੂੰ ਕਹਾਂਗੇ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਬਾਕੀ ਸਾਨੂੰ ਸਰਪੰਚ ਸਾਹਿਬ ਜਦ ਇਹ ਸਭ ਤੋਂ ਮੁਲਾਜ਼ਮ ਨਹੀਂ ਮੌਕੇ ਦਾ ਨਾਂ ਸਾਨੂੰ ਕੋਈ ਅਸੀਂ ਕਈ ਵਾਰ ਗੌਰਮੈਂਟ ਨੂੰ ਲੈ ਕੇ ਦੇ ਚੁੱਕੇ ਹਾਂ ਉੱਥੇ ਅਧਿਕਾਰੀਆਂ ਨੂੰ ਵੀ ਸਾਨੂੰ ਇਹਦਾ ਕੋਈ ਰਿਪੇਅਰ ਵਾਸਤੇ ਕੋਈ ਫੰਡ ਦਿਓ ਸਾਨੂੰ ਨਾ ਕੋਈ ਪੈਸਾ ਆਉਂਦਾ ਪਿਆ ਅਤੇ ਨਾ ਸਾਡੇ ਕੋਲ ਮੌਕੇ 'ਤੇ ਕੋਈ ਮੁਲਾਜ਼ਮ ਹੀ ਆਉਂਦੇ ਗਾ ਵੱਧ ਮੁਲਾਜ਼ਮ ਵੀ ਘੱਟ ਰਿਟਾਇਰ ਹੋ ਚੁੱਕੇ ਅਤੇ ਅਸੀਂ ਜਿੱਥੋਂ ਕਰਾ ਕੇ ਪੋਸਟ ਕਰੀ ਦੀ ਆਪਾਂ ਨੋੜ ਪੈਣ ਕਰਕੇ ਬਰਸਾਤ ਮੌਸਮ ਬਾਕੀ ਅੱਗੇ ਨਾਲ ਪਾਣੀ ਇਹਨਾਂ ਨੇ ਜ਼ਿਆਦਾ ਸੱਦਿਆ ਜੀ ਮੈਂ ਇਹ ਆਰਟੀਓ ਸਾਹਿਬ ਨੂੰ ਕਹਿੰਦਾ ਮੈਂ ਪਾਣੀ ਅੱਗੇ ਨਾਲ ਜ਼ਿਆਦਾ ਆ ਅਤੇ ਇਹ ਗੱਲ ਨਹਿਰ ਟੁੱਟੀ ਆ ਲਗਭਗ ਜਿਹੜੀ ਨਹਿਰ ਜਿਹੜਾ ਟੁੱਟੀ ਹੈ ਕਿੰਨੇ ਕੁ ਫੁੱਟ ਜਾਂ ਕਿੰਨੇ ਕਿਲੋਮੀਟਰ ਟੁੱਟੀ 160 ਕੁ ਫੁੱਟ ਦੇ ਲਗਭਗ ਇਹ ਖਾਲਾ ਪੈ ਗਿਆ ਜੀ ਅਤੇ ਡਿਗਾਈ 50 ਫੁੱਟ ਦੇ ਲਾਗੇ ਹੋਣੀ ਆ ਕੀ ਮੰਗ ਕਰਦੇ ਹੋ ਤੁਸੀਂ ਇਹ ਜੀ ਨਹਿਰ ਜਿਹੜੀ ਤਕਰੀਬਨ ਸਾਰੀ ਰਿਪੇਅਰ ਹੋਣੀ ਹੋਣੀ ਆ ਜਿੱਥੋਂ ਤੱਕ ਕਰਪਾ ਜਿੱਥੋਂ ਤੱਕ ਨਹਿਰ ਸਾਰੀ ਮਤਲਬ ਪੋਲੀ ਹੈ ਅੱਜ ਵੀ ਸਾਰੀ ਗਈ ਤਾਂ ਕੱਲ੍ਹ ਵੀ ਗਈ ਠੀਕ ਅਤੇ ਬਾਕੀ ਸਾਡੇ ਕੋਲ ਆ ਜੀ ਇੱਥੇ ਨਾਲ ਹੀ ਜਿੱਥੋਂ ਅਸੀਂ ਪੈਲੀਆਂ ਨੂੰ ਚਾਹੀਦਾ ਅਤੇ ਉਹ ਆਪਾਂ ਐਡੀ ਸਾਹਿਬ ਨੂੰ ਵੀ ਕਿਹਾ ਹੋਰ ਵੀ ਕਈਆਂ ਨੂੰ ਕਿਹਾ ਵੀ ਪੁਲ ਟੁੱਟ ਜਾਣਾ ਬਣਾ ਦਿਓ ਅਤੇ ਤੁਸੀਂ ਮੌਕੇ 'ਤੇ ਦੇਖ ਸਕਦੇ ਹਾਂ ਪੁਲ ਦੀ ਬਿਲਕੁਲ ਹਾਲਤ ਖਰਾਬ ਆ ਅੱਜ ਵੀ ਟੁੱਟਾ ਤਾਂ ਕੱਲ੍ਹ ਵੀ ਟੁੱਟਾ ਜੀ ਠੀਕ ਹੈ ਜੀ ਅਤੇ ਉੱਥੋਂ ਵੀ ਨਹਿਰ ਟੁੱਟੀ ਆ ਅਤੇ ਨਹਿਰ ਮਤਲਬ ਤਕਰੀਬਨ ਸਾਰੀ ਖਰਾਬ ਹੀ ਆ ਮਤਲਬ ਟੁੱਟੀ ਆ